सत श्री अकाल जी, मैं हाँ तुहाडा अपना मनिंदर मोगा ते प्रोग्राम दस्तक लैके हाजिर हाँ जी। तुहाडा पसंदीदा प्रोग्राम है जी। तो दोस्तों, इस प्रोग्राम दे विच असी कलाकारां नूं, स्टार कलाकारां नूं, स्थापित कलाकारां नूं और नवें कलाकारां नूं बुलाउंदे रहिंदे आ। तो हर वार की तरह उवें ही नवा कलाकार लैके तुहाडे पेश आ। तो बहुत ही सुरीला कलाकार है, बहुत ही वधिया कलाकार है। तो मैं तुहाडी आवाज़ भी सुनाऊँगा कि मेजर राजस्थानी का तुहानूं भुलेखा पऊगा। मेरी मुराद हरप्रीत राजस्थानी। हरप्रीत राजस्थानी, तुहाडा निघा स्वागत जी साडे प्रोग्राम दे विच। जी आयां नूं जी सत श्री अकाल जी। जी दस्तक देख रहे सारे दर्शकों मेरे वालों की हरप्रीत राजस्थानी वालों प्यार भरी सत श्री अकाल जी। हरप्रीत राजस्थानी जी, तुहाडा राजस्थानी नाम जिहड़ा हैगा किवें पिया जी? सर जी, मेरा पिंड माणुक गिल है जी, मोगे जिले च जी। तो राजस्थानी मेजर राजस्थानी संगत करन करके राजस्थानी मगर लग जी। तो मेजर राजस्थानी दे एक वो कलाकार है जिन्हें आपके मौके जानी जिहड़े हैगे किसी सिंगर नूं हिलन नहीं दिता, तो खड़े उदे ही बुक होंदे सीगे। हाँ जी, ये सच गल है जी? तुसीं उन्हां नाल रहे हो? हाँ जी, मैं उन्हां नाल रहा जी। 5-7 साल तो उन्होंने कलाकारां दे पैर ही नहीं लगन दिते। तो तुहाडे ते उन्हां दा मेजर राजस्थानी दा किन्ना असर होया जी? उन्हां दी गायकी दा प्रभाव किन्ना क उन्हां ने छड्डिया जी? ਬਸ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਿਆ ਜੀ। ਅੱਛਾ ਜੀ। ਅਤੇ ਉਹਨਾਂ ਦੀ ਸੰਗਤ ਕਰਦੇ ਕਰਦੇ ਬਸ ਫਿਰ ਮੈਂ ਜੀ ਉਹਨਾਂ ਦੀ ਆਵਾਜ਼ ਹੀ ਆ। ਅਤੇ ਕੋਈ ਸੁਣਾਓ ਜੀ ਰੰਗ ਫਿਰ ਉਹਨਾਂ ਦਾ ਮੇਜਰ ਰਾਜਸਥਾਨੀ ਜੀ ਦਾ। ਹਾਂਜੀ ਹਾਂਜੀ ਜੀ, ਉਹਨਾਂ ਰੰਗ ਤੋਂ ਜ਼ਰੂਰ ਸੁਣਾਓ ਜੀ। ਜਦੋਂ ਲੱਗੀਆਂ ਪ੍ਰੀਤਾਂ ਤੁਸੀਂ ਬੜਾ ਖੁਸ਼ ਹੋਇਆ, ਜਦੋਂ ਲੱਗੀਆਂ ਪ੍ਰੀਤਾਂ ਤੁਸੀਂ ਬੜਾ ਖੁਸ਼ ਹੋਇਆ, ਤੈਨੂੰ ਗੋਡੇ ਗੋਡੇ ਚੜਿਆ ਸੀ ਚਾਵੇ ਦਿਲਾ, ਹੁਣ ਲੁੱਕ ਲੁੱਕ ਰੋਨਾ, ਤੂੰ ਉਦੋਂ ਕਿਹਦੇ ਨਾਲ ਕੀਤੀ ਸੀ ਸਲਾਵੇ ਦਿਲਾ, ਹੁਣ ਲੁੱਕ ਲੁੱਕ ਰੋਨਾ, ਅੱਖੀਆਂ ਨਮਾਣੀਆਂ ਨੇ ਕੱਖ ਨਾ ਵਿਚਾਰਿਆ, ਗੋਰਾ ਚਿੱਟਾ ਚਮੀ ਉਹਨਾਂ ਤੇਰੇ ਮੱਥੇ ਮਾਰਿਆ, ਚਿੱਟੀ ਚਮੜੀ ਦੇ ਉੱਤੇ ਤੂੰ ਸੀ ਡੁੱਲ ਗਿਆ, ਤੇਰਾ ਮਸਾ ਮਸਾ ਲੱਗਿਆ ਸੀ ਦਾਵੇ ਦਿਲਾ, ਵੇ ਹੁਣ ਲੁੱਕ ਲੁੱਕ ਰੋਨਾ, ਤੂੰ ਉਦੋਂ ਕਿਹਦੇ ਨਾਲ ਕੀਤੀ ਸੀ ਸਲਾਵੇ ਦਿਲਾ, ਹੁਣ ਲੁੱਕ ਲੁੱਕ ਰੋਨਾ। ਵਾਹ ਜੀ ਵਾਹ, ਆ ਤਾਂ ਵਾਕਿਆ ਜੀ ਮੇਜਰ ਰਾਜਸਥਾਨੀ ਦਾ ਭੁਲੇਖਾ ਪਿਆ ਜੀ। ਜਿਵੇਂ ਅੱਖਾਂ ਬੰਦ ਕਰਕੇ ਸੁਣੀਏ ਤਾਂ ਉਹੀ ਗਾ ਰਿਹਾ ਜੀ। ਹਾਂਜੀ ਹਾਂਜੀ। ਅਤੇ ਹਰਪ੍ਰੀਤ ਜੀ, ਜਿਹੜੀ ਇਹ ਗਾਉਣ ਦੀ ਚੇਟਕ ਹੈ, ਤੁਹਾਨੂੰ ਕਿੱਥੋਂ ਲੱਗਾ ਕਿ ਜਾਣੀ ਹਰਪ੍ਰੀਤ ਨੂੰ ਇੱਕ ਜਾਣੀ ਗਾਇਕ ਬਣਨਾ ਚਾਹੀਦਾ? ਮੈਂ ਸਾਡੇ ਪਿੰਡ ਦੇ ਵਿੱਚ ਨਾ ਜੀ ਉਦੋਂ ਨਗਰ ਕੀਰਤਨ ਪਿੰਡਾਂ ਦੇ ਵਿੱਚ ਆਉਂਦੇ ਸੀ ਜੀ, ਅਤੇ ਹਰਨੇਕ ਸਿੰਘ ਅਤੇ ਦਰਸ਼ਨ ਸਿੰਘ ਸਾਡੇ ਪਿੰਡ ਦੇ ਸਥਾਪਿਤ ਕਵੀਸ਼ਰ ਸੀ ਜੀ, ਜਿਨ੍ਹਾਂ ਕੋਲ ਮੈਂ ਗਿਆ ਅਤੇ ਮੈਂ ਉਹਨਾਂ ਨੂੰ ਗਾਉਂਦਿਆਂ ਨੂੰ ਵੇਖਿਆ, ਮੈਨੂੰ ਬੜਾ ਚੰਗਾ ਲੱਗਿਆ ਵੀ ਯਾਰ ਕਿੰਨਾ ਸੋਹਣਾ ਗਾਉਂਦੇ ਇਹ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਯਾਰ ਮੈਨੂੰ ਕਵੀਸ਼ਰੀ ਸਿਖਾ ਦਿਉ, ਮੈਂ ਮੈਨੂੰ ਗਾਉਣ ਦਾ ਸ਼ੌਂਕ ਹੈ ਬਚਪਨ ਤੋਂ। ਉਹਨਾਂ ਦੇ ਨਾਲ ਮੈਂ ਕਵੀਸ਼ਰੀ ਕਰਨ ਲੱਗਿਆ ਜੀ। ਉਹਨਾਂ ਨੇ ਮੈਨੂੰ ਸਟੇਜ 'ਤੇ ਚੜ੍ਹਾਇਆ, ਉਹਨਾਂ ਨੇ ਕਵੀਸ਼ਰੀ ਕਰਦਾ ਕਰਦਾ ਫਿਰ ਮੈਂ ਇਸ ਲਾਈਨ 'ਚ ਇੱਧਰ ਆ ਗਿਆ ਜੀ। ਅਤੇ ਇਸ ਆਉਣ 'ਚ, ਇਸ ਲਾਈਨ ਦੇ ਵਿੱਚ ਆਉਣ ਦਾ ਸਬੱਬ ਕਿਵੇਂ ਬਣਿਆ ਫਿਰ? ਇਸ ਲਾਈਨ 'ਚ ਗਾਇਕੀ ਲਈ ਕਿਵੇਂ ਸਮਰਪਿਤ ਹੋਈ ਫਿਰ? ਕਵੀਸ਼ਰੀ ਅਤੇ ਗਾਇਕੀ ਇੱਕ ਅਲੱਗ ਅਲੱਗ ਇਹ? ਹਾਂਜੀ ਹਾਂਜੀ, ਮੈਨੂੰ ਸੁਣਦੇ ਅਮਰਜੀਤ ਮਾਣੂਕੇ ਸਾਡੇ ਪਿੰਡ ਦੇ ਸਥਾਪਿਤ ਗੀਤਕਾਰ ਆ ਜੀ, ਉਹਨਾਂ ਨੇ ਮੈਨੂੰ ਸੁਣਿਆ, ਉਹ ਮੈਨੂੰ ਕਹਿੰਦੇ ਤੂੰ ਬਹੁਤ ਸੋਹਣਾ ਗਾਉਣਾ ਕਵੀਸ਼ਰੀ, ਅਤੇ ਤੂੰ ਦੂਜੀ ਗਾਇਕੀ ਵੱਲ ਪ੍ਰੇਰਿਤ ਹੋ। ਉਹਨਾਂ ਨੇ ਤਾਂ ਮੈਨੂੰ ਢਾਡੀ ਸਿੱਖਣ ਵਾਸਤੇ ਕਿਹਾ ਸੀ, ਮੈਨੂੰ ਅਲਵੇਲਾ ਸਾਹਿਬ ਕੋਲ ਲੈ ਗਏ ਜੀ, ਜੋ ਕਿ ਬਹੁਤ ਅੱਛੀ ਸ਼ਖਸੀਅਤ ਸੀ ਜੀ, ਉਹਨਾਂ ਦੇ ਕੋਲ ਲੈ ਗਏ, ਕਹਿੰਦੇ ਵੀ ਢਾਡੀ ਸਿੱਖਣਾ, ਉਹ ਕਹਿੰਦੇ ਵੀ ਸਾਡੇ ਕੋਲ ਤੈਨੂੰ ਇੱਥੇ ਸੰਗਤ ਕਰਨੀ ਪੂ ਰਹਿਣਾ ਸਾਡੇ ਕੋਲ, ਪਰ ਮੈਂ ਰਹਿ ਨਹੀਂ ਸਕਿਆ, ਮੇਰੀਆਂ ਘਰ ਦੀਆਂ ਕੁਛ ਮਜ਼ਬੂਰੀਆਂ ਸੀਗੀਆਂ, ਅਤੇ ਉਸ ਤੋਂ ਬਾਅਦ ਭਦੌੜ ਚਲੇ ਗਏ ਜਸਵੰਤ ਬੋਪਾਰਾ ਜੀ ਦੇ ਘਰ ਜੀ, ਜਿੱਥੇ ਮੇਜਰ ਨਾਂ ਦਾ ਇਨਸਾਨ ਇੱਕ ਤਿਆਰੀ ਕਰਦਾ ਸੀ, ਉਹਨੂੰ ਵੇਖ ਵੇਖ ਕੇ, ਉਹਨਾਂ ਨੂੰ ਵੇਖ ਵੇਖ ਕੇ ਮੈਂ ਉੱਧਰ ਹੀ ਆ ਗਿਆ। ਜਾਣੀ ਜਦੋਂ ਮੇਜਰ ਸਾਹਿਬ ਦੀ ਸੰਗਤ ਕੀਤੀ ਰਾਜਸਥਾਨੀ ਜੀ, ਅਤੇ ਨਾਲ ਹੀ ਮੁੜ ਕੇ ਫਿਰ ਤੁਸੀਂ ਇੱਧਰ ਨਾਲ ਹੀ ਮੇਰਾ? ਹਾਂ ਜੀ, ਨਾਲ ਮੈਂ ਕਵੀਸ਼ਰੀ ਛੱਡ ਕੇ ਫਿਰ ਮੈਂ ਸਾਈਡ 'ਤੇ ਇੱਧਰ ਆ ਗਿਆ। ਅਤੇ ਗੱਲ ਕਰੀਏ ਹੁਣ ਤੁਹਾਡੇ ਜਿਹੜੇ ਗਾਇਕੀ ਦੇ ਸਫ਼ਰ ਬਾਰੇ, ਦੇ ਜਾਣੀ ਕਿੰਨੀਆਂ ਕੁ ਟੇਪਾਂ ਤੁਹਾਡੀਆਂ ਮਾਰਕੀਟ ਦੇ ਵਿੱਚ ਆ ਚੁੱਕੀਆਂ ਜੀ? ਮੇਰੀਆਂ ਤਕਰੀਬਨ 12-13 ਕੈਸਟਾਂ ਮਾਰਕੀਟ ਦੇ ਵਿੱਚ ਆ ਗਈਆਂ ਜੀ। ਅਤੇ ਜੀਤੋ ਵਿਛੋੜੇ ਕਿਤੇ ਪੈ ਜਾਣਾ ਹਿੱਟ ਮੇਰਾ ਸੌਂਗ ਰਿਹਾ। ਅੱਛਾ ਅੱਛਾ ਅੱਛਾ। ਅਤੇ ਉਹ ਆਉਣ ਦੇ ਵੀ ਸਾਡੇ ਦਰਸ਼ਕ ਵੀ ਇੰਤਜ਼ਾਰ ਕਰ ਰਹੇ ਕਿ ਹਰਪ੍ਰੀਤ ਦੀ ਆਵਾਜ਼ ਦੇ ਵਿੱਚ ਕੁਛ ਸੁਣੀਏ। ਮੈਨੂੰ ਲੱਗਦਾ ਤੂੰ ਜਾਣ ਤੋਂ ਪਿਆਰਾ ਵੇ, ਮੇਰੀ ਜ਼ਿੰਦਗੀ ਦਾ ਤੂੰ ਹੀ ਹੈ ਸਹਾਰਾ ਵੇ, ਮੇਰੀ ਮੰਨ ਲੈ ਤੂੰ ਗੱਲ ਦਿਲਦਾਰਾ ਵੇ, ਹਨੇਰੇ ਪੱਲੇ ਰਹਿ ਜਾਣ ਨਾ, ਬਹੁਤਾ ਮਿਲਣਾ ਨੀ ਚੰਗਾ ਹੁੰਦਾ ਸੋਹਣਿਆ, ਵਿਛੋੜੇ ਕਿਤੇ ਪੈ ਜਾਣ ਨਾ, ਬਹੁਤਾ ਮਿਲਣਾ ਨੀ ਚੰਗਾ ਹੁੰਦਾ ਸੋਹਣਿਆ, ਵਿਛੋੜੇ ਕਿਤੇ ਪੈ ਜਾਣ ਨਾ, ਔਖੀ ਹੋਜੂਗੀ ਵਿਛੋੜੇ ਵਾਲੀ ਸੱਟ ਵੇ,
ਕਿਤੇ ਲੱਗ ਨਾ ਏ ਜਾਵੇ ਡੂੰਘਾ ਫੱਟ ਵੇ ਮੈਥੋਂ ਜਾਈ ਨਾ ਤੂੰ ਕਿਤੇ ਪਾਸਾ ਵੱਟ ਵੇ ਆ ਸਾਰੇ ਮੈਲ ਢਹਿ ਜਾਣ ਨਾ ਬਹੁਤਾ ਮਿਲਣਾ ਨੀ ਚੰਗਾ ਹੁੰਦਾ ਸੋਹਣਿਆ ਵਿਛੋੜੇ ਕਿਤੇ ਪੈ ਜਾਣ ਨਾ ਵਾਹ ਇਹ ਇਹ ਵੀ ਮੇਜਰ ਰਾਜਸਥਾਨੀ ਦਾ ਰੰਗ ਹੀ ਹੈ ਜੀ ਇਹ ਵੀ ਹਾਂਜੀ ਫਿਰ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਫਿਰ ਮੈਂ ਜੀ ਤੇ ਹੁਣ ਤੁਸੀਂ ਜਾਣੀ ਕਿ ਜਿਵੇਂ ਮੇਜਰ ਰਾਜਸਥਾਨੀ ਤੋਂ ਹਟ ਕੇ ਵੀ ਤੁਸੀਂ ਗਾ ਰਹੇ ਜਾਂ ਜਾਂ ਤੁਹਾਡੇ ਤੇ ਹੁਣ ਉਹੀ ਰੰਗ ਹੈ ਚੜਿਆ ਨਹੀਂ ਹਟ ਕੇ ਗਾਇਆ ਨਹੀਂ ਜਾਂਦਾ ਜੀ ਅੱਛਾ ਜਿਹੜਾ ਰੰਗ ਚੜ ਗਿਆ ਬਸ ਉਹ ਚੜ ਗਿਆ ਉਹ ਚੜ ਗਿਆ ਹਾਂਜੀ ਹਾਂਜੀ ਹਟ ਕੇ ਨਹੀਂ ਗਾਇਆ ਜਾਂਦਾ ਬਹੁਤ ਕੋਸ਼ਿਸ਼ ਕੀਤੀ ਆ ਜੀ ਪਰ ਗੋਡ ਗਿਫਟ ਆ ਮੱਲੋ ਮੱਲੀ ਆ ਜਾਂਦਾ ਮੱਲੋ ਮੱਲੀ ਆ ਜਾਂਦਾ ਯਾਨੀ ਤੁਸੀਂ ਨਾਰਮਲ ਗਾਣਾ ਵੀ ਕੋਈ ਗਾਓਗੇ ਤੇ ਉਹ ਵੀ ਬੰਬਾਈ ਦੀ ਆਵਾਜ਼ ਹੀ ਗਾਉਂਗਾ ਵਿੱਚ ਰਾਜਸਥਾਨੀ ਵੜ ਜਾਣਾ ਹਾਂਜੀ ਹਾਂਜੀ ਉਹ ਮੱਲੋ ਮੱਲੀ ਵੜ ਜਾਣਾ ਠੀਕ 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 ਤੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤੇ ਆਉਣ ਵਾਲੇ ਪ੍ਰੋਜੈਕਟ ਤੁਹਾਡੇ ਕਿਵੇਂ ਕੌਣ ਕਰ ਰਿਹਾ ਤੇ ਕਿਵੇਂ ਕਰ ਰਿਹਾ ਜੀ ਆਉਣ ਵਾਲੇ ਪ੍ਰੋਜੈਕਟ ਮੈਂ ਪਿੱਛੇ ਜੇ ਮੇਰਾ ਗਾਇਕੀ ਜੋ ਗਾਇਬ ਪੈ ਗਿਆ ਸੀਗਾ ਜੀ ਕੰਪਨੀ ਨਾਲ ਕੋਈ ਮਤਭੇਦ ਹੋ ਗਏ ਸੀ ਉਸ ਤੋਂ ਬਾਅਦ ਜਸਵਿੰਦਰ ਜੱਸੀ ਜੀ ਨਾਭੇ ਦੀ ਫਰੈਸ਼ ਰਿਕਾਰਡ ਕੰਪਨੀ ਆ ਜੀ ਉਹਨਾਂ ਨੇ ਮੈਨੂੰ ਸੁਣਿਆ ਉਹ ਕਹਿੰਦੇ ਵੀ ਸਾਡੇ ਕੋਲ ਪ੍ਰੋਜੈਕਟ ਕਰ ਜਿੰਨੇ ਮਰਜ਼ੀ ਤੇ ਉਹਨਾਂ ਨੂੰ ਆਪਣੇ ਹਾਲਾਤਾਂ ਬਾਰੇ ਵੀ ਜਾਣੂ ਕਰਾਇਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਜਿੰਨੇ ਮਰਜ਼ੀ ਪ੍ਰੋਜੈਕਟ ਸਾਡੇ ਕੋਲ ਆ ਕੇ ਕਰ ਲੈ ਤੇ ਮੈਂ ਜਸਵੰਤ ਬੋਪਾਰੀ ਦਾ ਵਾਅਦੇ ਗੀਤ ਕੀਤਾ ਹੁਣ ਮੇਰਾ ਅਮਰਜੀਤ ਘੋਲੀਆ ਜੀ ਤੇ ਉਹਨਾਂ ਦਾ ਮੁੱਖੜਾ ਸੌਂਗ ਜਲਤ ਦੱਸ ਕੇ ਰੂ ਰੂ ਕਰਾਂਗੇ ਜੀ ਜੀ ਤੇ ਉਹਦਾ 27 ਅੰਤਰਾ ਆਉਣ ਦਿਓ ਕਰਕੇ ਥੋੜ੍ਹਾ ਨਹੀਂ ਪੂਰਾ ਗਾਣਾ ਤੁਹਾਡਾ ਟੇਪ ਦੇ ਵਿੱਚ ਸੁਣ ਲਾਂਗੇ ਹੁਣ ਉਹ ਗੱਲਬਾਤ ਆ ਰਹੀ ਨਹੀਂ ਕੋਈ ਨਹੀਂ 27 ਸੁਣਾ ਦਿਓ ਇਕੱਲੀ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਗੀਤ ਆ ਰਿਹਾ ਹੈਗਾ ਹਾਂਜੀ ਉਹਦੇ ਬੋਲ ਹੈਗੇ ਆਉਂਦਾ ਜਾਂਦਾ ਮੁੱਖੜਾ ਦਿਖਾ ਦਿਆ ਕਰੀ ਵੀ ਕਿਤੇ ਆਉਂਦਾ ਜਾਂਦਾ ਆਉਂਦਾ ਜਾਂਦਾ ਮੁੱਖੜਾ ਵਿਖਾ ਦਿਆ ਕਰੀ ਵੀ ਸਾਨੂੰ ਆਉਂਦਾ ਜਾਂਦਾ ਬਹੁਤ ਵਧੀਆ ਬਹੁਤ ਵਧੀਆ ਵੈਸੇ ਕਲਾਕਾਰਾਂ ਨੂੰ ਹੁੰਦੀ ਹੈ ਵੀ ਆਪਣੇ ਗੀਤ ਸੰਭਾਲ ਕੇ ਰੱਖਣੇ ਹੁੰਦੇ ਆ ਹਾਂਜੀ ਹਾਂਜੀ ਤੇ ਪਰ ਆਪਾਂ ਜੇ ਲੋਕਾਂ ਦੇ ਰੂਬਰੂ ਕਰਾਂਗੇ ਲੋਕਾਂ ਨੂੰ ਉਹਨਾਂ ਦੇ ਕਰਾਂਗੇ ਤੇ ਤਾਂ ਹੀ ਉਹਨਾਂ ਲੋਕਾਂ ਨੇ ਉਹਨੂੰ ਕੈਚ ਕਰਨਗੇ ਜੀ ਹੈ ਨਾ ਹਾਂਜੀ ਤੇ ਹੁਣ ਇਹ ਜਿਹੜਾ ਸੀਗਾ ਅਮਰਜੀਤ ਘੋਲੀਆ ਜੀ ਦਾ ਗੀਤ ਸੀਗਾ ਬਹੁਤ ਵਧੀਆ ਮਿੱਤਰ ਆ ਆਪਣੀ ਹਾਂਜੀ ਤੇ ਬਹੁਤ ਵਧੀਆ ਉਹਨਾਂ ਦੀ ਗੀਤਕਾਰੀ ਹੈਗੀ ਆ ਬਹੁਤ ਵਧੀਆ ਕਲਮ ਆ ਉਹਨਾਂ ਦੀ ਹਾਂਜੀ ਤੇ ਇਹਨਾਂ ਤੋਂ ਇਲਾਵਾ ਹੋਰ ਜਿਹੜੇ ਕਿਹੜੇ ਕਿਹੜੇ ਗੀਤਾਂ ਦੇ ਗੀਤਕਾਰਾਂ ਦੇ ਤੁਸੀਂ ਗੀਤ ਗਾ ਰਹੇ ਹੋ ਮੈਂ ਜਸਵੰਤ ਬੋਪਾਰੀ ਦਾ ਗੀਤ ਗਾਇਆ ਜੀ ਗੀਤਾ ਦਿਆਲਪੁਰੀ ਦਾ ਗੀਤ ਗਾਇਆ ਜੀ ਰਾਜੂ ਪੱਤੋਲ ਦਾ ਗਾਇਆ ਜੀ ਤੇ ਅਮਰਜੀਤ ਮਾਣੂਕੇ ਦਾ ਗਾਇਆ ਜੀ ਜੀ ਅਮਰ ਪ੍ਰੇਮੀ ਹੈ ਮੇਰੇ ਪਿੰਡ ਤੋਂ ਮਾਣੂਕੇ ਉਹਦਾ ਵੀ ਗੀਤ ਗਾਇਆ ਜੀ ਅਮਰਜੀਤ ਉਹਨਾਂ ਦਾ ਕਿਹੜਾ ਗੀਤ ਸੀਗਾ ਜੀ ਤੁਹਾਡਾ ਉਹ ਵੀ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ ਜੀ ਹਾਂਜੀ ਉਹਨਾਂ ਦਾ ਇੱਕ ਮੈਂ ਲੋਕ ਤੱਥ ਗਾਇਆ ਸੀ ਕੁੜੀਆਂ ਨੂੰ ਅਰਜ ਕਰਾਂ ਗੱਲ ਹੈ ਸੋਲਾਂ ਆਨੇ ਮੇਰੀ ਰੱਖੋ ਇੱਜ਼ਤ ਮਾਪਿਆਂ ਦੀ ਇਸ਼ਕ ਦੀ ਚੱਲਦੀ ਤੇਜ ਹਨੇਰੀ ਕਿਸੇ ਨਾਲ ਵਟਾਓ ਨਾ ਤੁਸੀਂ ਵੀ ਹੱਸ ਹੱਸ ਛੱਲੇ ਮੁੰਦੀਆਂ ਚਿੱਟੀ ਪੱਗ ਬਾਵਲ ਦੀ ਧੀਆਂ ਨਹੀਂ ਰੋਲਦੀਆਂ ਹੁੰਦੀਆਂ ਚਿੱਟੀ ਪੱਗ ਬਾਵਲ ਦੀ ਧੀਆਂ ਨਹੀਂ ਰੋਲਦੀਆਂ ਹੁੰਦੀਆਂ ਕੀ ਬਾਤ ਆ ਬਹੁਤ ਵਧੀਆ ਜੀ ਤੁਹਾਡੀ ਗੀਤਕਾਰੀ ਵਧੀਆ ਤੇ ਜਿਹੜੀ ਤੁਹਾਡੀ ਸਿਲੈਕਸ਼ਨ ਵੀ ਵਧੀਆ ਜੀ ਉਹ ਹਾਂਜੀ ਹਾਂਜੀ ਜਿਹੜਾ ਧੀਆਂ ਬਾਰੇ ਗੀਤ ਤੁਸੀਂ ਲਿਖਿਆ ਵਾ ਜਿਵੇਂ ਕਿ ਤੁਸੀਂ ਗੱਲ ਕੀਤੀ ਸੀਗੀ ਤੁਸੀਂ ਆਪਦੇ ਹਾਲਾਤਾਂ ਤੋਂ ਜਾਣੂ ਕਰਾਇਆ ਜਿਹੜਾ ਤੁਹਾਡੀ ਕੰਪਨੀ ਸੀਗੀ ਮੈਂ ਤੁਹਾਡੀ ਜਾਣਕਾਰੀ ਹੈ ਦੱਸ ਦਿਆਂ ਕਿ ਜਿਹੜਾ ਸਾਡਾ ਚੈਨਲ ਹੈ ਵੀ ਇਹ ਵੀ ਜਿਹੜੇ ਸਾਡੇ ਅਸੀਂ ਜਿਹੜੇ ਸਥਾਪਿਤ ਕਲਾਕਾਰ ਆ ਸਟਾਰ ਕਲਾਕਾਰ ਆ ਹਾਂਜੀ ਹਾਂਜੀ ਇੱਥੇ ਸਾਰੇ ਬਰਾਬਰ ਹੈ ਜੀ ਹਾਂਜੀ ਅਸੀਂ ਉਹਨਾਂ ਨੂੰ ਜਿਹੜੇ ਅਣਗੌਲੇ ਕਲਾਕਾਰ ਆ ਪਿੱਛੇ ਹਟੇ ਹੋਏ ਆ ਉਹਨਾਂ ਨੂੰ ਖਿੱਚ ਕੇ ਅੱਗੇ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਹਾਂ ਕਿ ਲੋਕੀ ਉਹਨਾਂ ਨੂੰ ਸੁਣਨ ਤੇ ਉਹ ਉਹਨਾਂ ਦੀ ਕੋਈ ਪੁੱਛ ਪੜਤਾਲ ਹੋਵੇ ਤੇ ਪਤਾ ਨਹੀਂ ਕਿਹਦਾ ਕਿਹਨੇ ਕਿੱਥੋਂ ਦਾਣਾ ਬਣੀ ਚੁਗਣਾ ਕਿਹਨੇ ਕਿਹਦੀ ਨਿਗਾਹ ਦੇ ਵਿੱਚ ਚੜ੍ਹਨਾ ਤੁਸੀਂ ਹਾਂਜੀ ਤੇ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਸਾਡਾ ਮਿਸ਼ਨ ਹੀ ਇਹ ਹੈ ਜੀ ਠੀਕ ਹੈ ਜੀ ਜਿਹੜੇ ਕਲਾਕਾਰ ਪਿੱਛੇ ਆ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਮਨਿੰਦਰ ਮੋਗਾ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਸ਼ੁਕਰੀਆ ਕਿਉਂਕਿ ਅੱਜ ਕੱਲ੍ਹ ਕੋਈ ਕਿਸੇ ਦੀ ਬਾਂਹ ਨਹੀਂ ਫੜਦਾਗਾ ਜੀ ਤੁਸੀਂ ਉਪਰਾਲਾ ਕੀਤਾ ਵਾਹਿਗੁਰੂ ਕੀ ਅਰਦਾਸ ਬੇਨਤੀ ਕਰਾਂਗੇ ਕਿ ਇਹ ਚੈਨਲ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਸ਼ੁਕਰੀਆ ਜੀ ਥੈਂਕ ਯੂ ਧੰਨਵਾਦ ਜੀ ਤੁਹਾਡੇ ਭਰਾਵਾਂ ਦੀਆਂ ਦੁਆਵਾਂ ਦੇ ਨਾਲ ਹੀ ਜਾਣੀ ਕਿ ਅਸੀਂ ਅੱਗੇ ਚੱਲਦੇ ਹਾਂ ਹਾਂਜੀ ਹਾਂਜੀ ਜੇ ਆਪਾਂ ਹੁਣ ਗੱਲ ਕਰਾਂਗੇ ਆਪਾਂ ਤੁਹਾਡੀ ਗਾਇਕੀ ਬਾਰੇ ਤੁਹਾਡੀ ਗਾਇਕੀ ਇੱਕ ਵੱਖਰੀ ਆ ਹਾਂਜੀ ਤੁਸੀਂ ਕਈ ਗਾਇਕ ਦੇ ਨਾਲ ਮੈਂ ਜਿਵੇਂ ਗੱਲਬਾਤ ਕੀਤੀ ਹੈ ਕਈ ਗਾਇਕ ਤਾਂ ਇੱਦਾਂ ਇਹ ਕਹਿੰਦੇ ਯਾਰ ਵੀ ਅਸੀਂ ਇੱਦਾਂ ਆਵਾਂਗੇ ਸਾਨੂੰ ਸ਼ੋਹਰਤ ਮਿਲੂਗੀ ਸ਼ੋਹਰਤ ਮਿਲੂਗੀ ਤਾਂ ਅਸੀਂ ਸਾਨੂੰ ਬਾਹਰ ਦੇ ਟੂਰ ਮਿਲ ਜਾਣਗੇ ਕੀ ਤੁਹਾਡੇ ਮਨ ਦੇ ਵਿੱਚ ਵੀ ਆਇਆ ਕਿ ਵੀ ਜਾਣੀ ਕਿ ਵੀ ਇੱਦਾਂ ਕਰਕੇ ਮੈਂ ਸਟਾਰ ਬਣਨਾ ਅਤੇ ਮੇਰੇ ਬਾਹਰ ਦੇ ਟੂਰ ਲੱਗਣਗੇ ਇੱਦਾਂ ਕਰਨੇ ਹੋਣਗੇ ਤੇ ਇਦਾਂ ਕਰਕੇ ਕਿਵੇਂ ਸਟਾਰ ਬਣਨ ਦਾ ਵੈਸੇ ਹਰੇਕ ਦੀ ਲਾਲਸਾ ਹੁੰਦੀ ਹੈ ਇੱਛਾ ਹੁੰਦੀ ਹੈ ਕਿ ਮੇਰੇ ਫੈਨਸ ਹੋਣ ਮੇਰੇ ਮੇਰੀ ਜੀ ਬਾਹਰ ਵੀ ਮੈਂ ਜਾਵਾਂ ਟੂਰ ਲਾਵਾਂ ਹਰੇਕ ਦੀ ਇੱਛਾ ਹੁੰਦੀ ਹੈ ਜੀ ਪਰ ਜਿੱਥੇ ਵਾਹਿਗੁਰੂ ਪਰਮਾਤਮਾ ਰੱਖੇ ਸਮੇਂ ਤੋਂ ਪਹਿਲਾਂ ਕੁਛ ਹੋ ਨਹੀਂ ਸਕਦਾ ਜੀ ਸਹੀ ਗੱਲ ਜੋ ਵਾਹਿਗੁਰੂ ਮਨਜ਼ੂਰ
ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦਾ ਤੁਹਾਨੂੰ ਪ੍ਰਮੋਟਰ ਮਿਲਿਆ ਵੀ ਯਾਨੀ ਕਿ ਮੈਂ ਤੁਹਾਨੂੰ ਵੀ ਬਾਹਰ ਲੈ ਕੇ ਜਾਣਾ ਹੈਗਾ ਵਾ ਬਾਹਰ ਤੁਹਾਡੇ ਸ਼ੋਅ ਲਵਾਉਣੇ ਜਾਂ ਕੋਈ ਇਦਾਂ ਦਾ ਹੋਇਆ? ਇੱਕ ਵਾਰੀ ਮੈਨੂੰ ਪ੍ਰਮੋਟਰ ਮਿਲਿਆ ਸੀਗਾ ਜੀ ਜੀ, ਤੇ ਉਹ ਅਸੀਂ ਸਾਰੀ ਗੱਲਬਾਤ ਵੀ ਕਰ ਲਈ ਸੀ ਤੇ ਉਦੋਂ ਦਰੇ ਮਹਿੰਦੀ ਭਾਜੀ ਪਕੜੇ ਗਏ ਸੀ ਉੱਥੇ। ਅੱਛਾ, ਤੇ ਉਦੋਂ ਮੁੜ ਕੇ ਕੋਈ ਨਹੀਂ ਮਿਲਿਆ ਜੀ। ਜੀ ਜੀ, ਚਲੋ ਕੁਛ ਇੱਦਾਂ ਹੁੰਦਾ ਵਾ ਬਈ ਜਦੋਂ ਸਮੇਂ ਦੇ ਨਾਲ ਕਿਸਮਤ ਦੇ ਨਾਲ ਹੀ ਜਿਹੜਾ ਕਿਸਮਤ ਨਾਲ। ਹਾਂਜੀ, ਤੇ ਹੁਣ ਆਉਣ ਵਾਲੇ ਜਿਹੜੀ ਤੁਹਾਡੀਆਂ ਆਉਣ ਵਾਲੇ ਭਵਿੱਖ ਦੇ ਵਿੱਚ ਕੀ ਯੋਜਨਾਵਾਂ ਨੇ? ਬਸ ਅੱਗੇ ਟਰੈਕ ਕਰਦੇ ਅੱਗੇ ਵਾਹਿਗੁਰੂ ਨੂੰ, ਦਰਸ਼ਕਾਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ ਜਿਹੜੇ ਆਉਣ ਵਾਲੇ ਟਰੈਕ ਹੈ ਜਿਵੇਂ ਤੁਸੀਂ ਪਹਿਲਾਂ ਪਿਆਰ ਦਿੰਦੇ ਹੋ ਉਸੇ ਤਰ੍ਹਾਂ ਹੀ ਬਣਦਾ ਪਿਆਰ ਮਾਨ ਸਤਿਕਾਰ ਜਿਹੜਾ ਉਹ ਦਿਓ ਜੀ। ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਜੇ ਤੱਕ ਬਰਦਾਸ਼ਤ ਕੀਤਾ, ਪਲਕਾਂ 'ਤੇ ਬਿਠਾਇਆ। ਨਹੀਂ ਨਹੀਂ, ਤੁਹਾਡੀ ਬਹੁਤ ਵਧੀਆ ਗਾਇਕੀ, ਤੁਹਾਡੀ ਵੱਖਰੀ ਗਾਇਕੀ ਹੈ ਯਾਨੀ ਕਿ ਉਹਦੇ ਨਾਲੋਂ ਜਿਹੜੀ ਆਮ ਪ੍ਰਚਲਿਤ ਗਾਇਕੀ ਹੈ। ਹਾਂਜੀ ਹਾਂਜੀ। ਇੱਕ ਹੋਰ ਜਿਹੜਾ ਮੇਰਾ ਆਮ ਸਾਰਿਆਂ ਨੂੰ ਵੀ ਅੱਗੇ ਇਹੀ ਸਵਾਲ ਹੁੰਦਾ ਵਾ ਵੀ ਜਿਹੜੀ ਪਹਿਲਾਂ ਵਾਲੀ ਗਾਇਕੀ ਹੈ ਅਤੇ ਜਿਹੜੀ ਹੁਣ ਵਾਲੀ ਗਾਇਕੀ ਹੈ, ਇਹਦੇ ਵਿੱਚ ਕੀ ਡਿਫਰੈਂਸ ਤੁਸੀਂ ਸਮਝਦੇ? ਇਹਨਾਂ ਦੇ ਵਿੱਚ ਬਹੁਤ ਡਿਫਰੈਂਟ ਹੈ ਜੀ। ਜਿਹੜੀ ਅੱਜ ਕੱਲ੍ਹ ਦੀ ਗਾਇਕੀ ਉਹ ਸ਼ੋਰ ਸ਼ਰਾਬੇ ਦੀ ਗਾਇਕੀ ਹੈ ਜੀ। ਜੇ ਤੁਸੀਂ ਪਹਿਲਾਂ ਵਾਲੇ ਕਲਾਕਾਰਾਂ ਨੂੰ ਪੁਰਾਣੇ ਨੂੰ ਸੁਣੋਗੇ, ਉਹ ਸਿੱਖ ਕੇ ਅੱਗੇ ਆਉਂਦੇ ਸੀ, ਸਿੱਖ ਕੇ ਗਾਇਕੀ ਦੇ ਪੈੜ ਦੇ ਵਿੱਚ ਉਤਰਦੇ ਸੀ। ਅੱਜ ਕੱਲ੍ਹ ਸਿੱਖਣ ਦਾ ਕਿਸੇ ਕੋਲ ਕੋਈ ਟਾਈਮ ਨਹੀਂ, ਬਸ ਪੈਸੇ ਦਿਓ ਅਤੇ ਗਾਇਕੀ ਜਿਵੇਂ ਮਰਜ਼ੀ ਗਾਓ। ਅਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਜਿਹਨੇ ਵੀ ਹੁਣ ਉਹ ਸਿੱਖ ਕੇ ਆਓ ਤਾਂ ਵਧੀਆ ਗੱਲ ਆ ਜੀ। ਪੈਸੇ ਦੇ ਜ਼ੋਰ ਨਾਲ ਸਿੰਗਰ ਅੱਗੇ ਆ ਰਹੇ ਹੈਗੇ। ਹਾਂਜੀ, ਪੈਸੇ ਦੇ ਦੌਰ ਨਾਲ ਕੰਪਨੀਆਂ ਨੂੰ ਪੈਸਾ ਦਿੰਦੇ ਆ, ਯੂਟਿਊਬ ਨੂੰ ਪੈਸਾ ਦੇ ਕੇ ਕਲਾਕਾਰ ਅੱਗੇ ਆ ਰਿਹਾ, ਜਿਵੇਂ ਚੈਨਲ ਚੱਲ ਰਹੇ ਆ ਚੈਨਲਾਂ ਨੂੰ ਪੈਸੇ ਦੇ ਕੇ ਅੱਗੇ ਆ ਰਹੇ ਆ। ਅਤੇ ਉਹ ਜਿਹਦੇ ਕੋਲ ਮੇਰੇ ਵਰਗੇ ਕੋਲ ਹੈ ਨਹੀਂ, ਉਹ ਜਿਵੇਂ ਤੁਸੀਂ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਉਹਨਾਂ ਤੋਂ, ਯਾਨੀ ਕਿ ਮੈਨੂੰ ਲੱਗਦਾ ਵੀ ਯਾਨੀ ਜਿਵੇਂ ਜਿਵੇਂ ਜਸਵੰਤ ਬੋਪਾ ਰਾਏ ਦੀ ਤੁਸੀਂ ਗੱਲ ਕੀਤੀ ਆ, ਅਰਵੇਲਾ ਜੀ ਦੀ ਗੱਲ ਕੀਤੀ ਹੈਗੀ ਆ, ਹੈ ਨਾ? ਹਾਂਜੀ ਹਾਂਜੀ। ਵੀ ਮੈਂ ਵੀ ਉਹਨਾਂ ਦੇ ਵਿੱਚ ਵਿਚ ਰਿਹਾ ਹੈਗਾ ਵੀ ਯਾਨੀ ਕਿ ਉਹ ਜਾਣੀ ਸ਼ਿਕਾਇਤ ਨੂੰ ਯਾਨੀ ਕਿ ਜਿਹੜਾ ਸਿਖਾਉਣਾ ਹੈਗਾ ਵਾ ਉਹ ਯਾਨੀ ਕੁੱਟ ਕੁੱਟ ਕੇ ਸਿਖਾਉਂਦੇ ਆ, ਇੱਥੋਂ ਤੂੰ ਗਲਤੀ ਕੀਤੀ ਤਾਂ ਕੀਤੀ ਕਿਵੇਂ। ਹਾਂਜੀ, ਅਤੇ ਜਿਹੜੇ ਅੱਜ ਕੱਲ੍ਹ ਆ ਯਾਨੀ ਜਿਹੜਾ ਹੈਗਾ ਸਿੰਗਰ ਆ ਉਹ ਕਿਸੇ ਦੀ ਲੰਗੇੜ ਨਹੀਂ ਚੱਲਦਾ ਹੈਗਾ ਗਾ। ਹਾਂਜੀ, ਉਹ ਤਾਂ ਫਿਰ ਜਿਹੜਾ ਹੁਣ ਪੱਥਰ ਸੱਟ ਲੱਗਣ 'ਤੇ ਤਕਲੀਫ ਮੰਨੇ ਉਹ ਮੂਰਤੀ ਨਹੀਂ ਬਣ ਸਕਦਾ। ਵਾਹ, ਕਿਆ ਬਾਤ ਹੈ। ਅਤੇ ਸੱਟਾਂ ਖਾ ਖਾ ਕੇ ਬਣਦਾ ਕੁਛ ਨਾ ਕੁਛ ਜੀ। ਚਲੋ, ਅਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਬਸ ਦਰਸ਼ਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਤੁਸੀਂ ਮੇਰੇ ਆਉਣ ਵਾਲੀਆਂ ਕੈਸਟਾਂ ਆਉਣ ਵਾਲੇ ਗੀਤਾਂ ਨੂੰ ਬੇਹੱਦ ਪਿਆਰ ਦਿੱਤਾ, ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੀ। ਅਤੇ ਅਪੀਲ ਕਰਦਾ ਵੀ ਜੀ ਅੱਗੇ ਜਿਹੜੇ ਮੇਰੇ ਸੌਂਗ ਅੱਗੇ ਜਿਹੜੇ ਮੇਰੇ ਟਰੈਕ ਆ ਰਹੇ ਜਾਂ ਨਵੇਂ ਕਲਾਕਾਰਾਂ ਦੇ ਟਰੈਕ ਆ ਰਿਹਾ ਉਹਨਾਂ ਨੂੰ ਜ਼ਰੂਰ ਸੁਣਿਆ ਕਰੋ, ਅਤੇ ਜਿਹੜੇ ਸੱਭਿਆਚਾਰਕ ਮੇਲੇ ਆ ਉਹ ਲੱਗਦੇ ਰਹਿਣ ਅਤੇ ਬੁਲਾਇਆ ਕਰੋ ਤਾਂ ਕਿ ਜਿਹੜਾ ਮਾਹੌਲ ਆ ਉਹ ਚੇਂਜ ਹੋ ਸਕੇ ਜੀ। ਅਸੀਂ ਸਾਡਾ ਚੈਨਲ ਵੀ ਇੱਦਾਂ ਦਾ ਹੀ ਹੈਗਾ ਜੀ, ਜਿਹੜੀ ਇੱਥੇ ਯਾਨੀ ਪਤਾ ਨਹੀਂ ਤੁਸੀਂ ਕਿਹਦੀ ਕਿਹੜੇ ਬੰਦੇ ਦੀ ਨਿਗਾਹ ਦੇ ਵਿੱਚ ਤੁਸੀਂ ਆ ਜਾਣਾ ਹੈਗਾ ਵਾ। ਅਤੇ ਦਰਸ਼ਕ ਵੀਰੋ, ਸਾਡਾ ਜਿਹੜਾ ਚੈਨਲ ਹੈਗਾ ਇੱਦਾਂ ਹੀ ਹੈ ਵੀ ਜਿਹੜੇ ਅਸੀਂ ਪਿੱਛੇ ਰਹਿ ਗਏ ਕਲਾਕਾਰ ਆ ਅਸੀਂ ਉਹਨਾਂ ਨੂੰ ਲੈ ਕੇ ਇਸ ਮਾਧਿਅਮ ਦੇ ਰਾਹੀਂ ਅਸੀਂ ਅੱਗੇ ਆ ਰਹੇ ਹੈਗੇ ਹਾਂ। ਅਤੇ ਹਰਪ੍ਰੀਤ ਰਾਜਸਥਾਨੀ ਜੀ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ, ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ, ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੀ ਪ੍ਰੋਗਰਾਮ ਦਾ ਨਾਂ ਹੈਗਾ ਦਸਖਤ, ਅਤੇ ਤੁਸੀਂ ਆਪਣੇ ਦਸਖਤ ਸਾਡੇ ਇੱਥੇ ਦਿਓ ਜੀ ਸਾਨੂੰ। ਜ਼ਰੂਰ ਜੀ। ਅਤੇ ਦਰਸ਼ਕ ਵੀਰੋ, ਉਮੀਦ ਕਰਦਾ ਕਿ ਜਿਹੜਾ ਇਹ ਹਰਪ੍ਰੀਤ ਰਾਜਸਥਾਨੀ ਹੈ ਤੁਹਾਨੂੰ ਅਮੇਜਰ ਰਾਜਸਥਾਨੀ ਦੀ ਆਵਾਜ਼ ਦਾ ਭੁਲੇਖਾ ਪਾਉਂਦਾ ਹੋਊਗਾ। ਅਤੇ ਜ਼ਰੂਰ ਸੁਣਿਓ ਹਰਪ੍ਰੀਤ ਰਾਜਸਥਾਨੀ, ਯੂਟਿਊਬ ਦੇ ਉੱਪਰ ਵੀ ਇਹਦੇ ਕਾਫੀ ਸਾਰੇ ਗੀਤ ਹੈਗੇ ਆ। ਅਤੇ ਹਰਪ੍ਰੀਤ ਰਾਜਸਥਾਨੀ ਜੀ, ਤੁਸੀਂ ਆਪਣਾ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਮਨਿੰਦਰ ਜੀ। ਦਰਸ਼ਕ ਵੀਰੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।